ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। 4 ਸਤੰਬਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਣਾ ਹੈ। ਸੋ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਹੁਣ ਸ਼ੁਰੂ ਹੋ ਚੁੱਕੀਆਂ ਨੇ, ਸ਼ਾਮ ਤੱਕ ਇਹ ਤਿਆਰੀਆਂ ਮੁਕੰਮਲ ਹੋ ਜਾਣਗੀਆਂ। ਅਲੱਗ ਅਲੱਗ ਕਿਸਮਾਂ ਦੇ ਜਿਹੜੇ ਫੁੱਲ ਨੇ ਉਹ ਇੱਥੇ ਲਗਾਏ ਜਾਣਗੇ। ਸੋ ਤਿਆਰੀਆਂ ਖਾਸ ਕਰਕੇ ਕਹਿ ਲਈਏ ਕਿ ਸਿੱਖ ਸੰਗਤਾਂ ਦੇ ਵਿੱਚ ਇੰਨਾ ਕੁ ਉਤਸ਼ਾਹ ਰਹਿੰਦਾ ਹੈ, ਜਦੋਂ ਵੀ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ 3-4 ਮਹੀਨੇ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਸੋ 1604 ਈਸਵੀ ਦੇ ਵਿੱਚ ਜਦੋਂ ਪਹਿਲਾ ਪ੍ਰਕਾਸ਼ ਪੁਰਬ ਹੋਇਆ, ਜਿਸ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪਿਆ ਗਿਆ ਅਤੇ ਉਹਨਾਂ ਦਾ ਜੋ ਪਹਿਲਾ ਹੁਕਮਨਾਮਾ ਲਿਆ ਸੀਗਾ ਉਹ ਸੀਗਾ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। ਸੋ ਅੱਜ 3 ਤਰੀਕ ਹੈਗੀ ਆ, ਕੱਲ੍ਹ ਨੂੰ 4 ਤਰੀਕ ਨੂੰ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾਣਾ ਆ, ਉਸ ਨੂੰ ਲੈ ਕੇ ਸ਼ਾਮ ਤੱਕ ਜਿਹੜੀ ਤਿਆਰੀ ਆ ਉਹ ਮੁਕੰਮਲ ਕਰ ਦਿੱਤੀ ਜਾਣੀ ਆ। ਸੋ ਇਹ ਪ੍ਰਵਾਸੀ ਵੀਰ ਜਿਹੜੇ ਹੈਗੇ ਨੇ ਉਹ ਇੱਥੇ ਆ ਕੇ ਇਹ ਸਾਰੀ ਫੁੱਲਾਂ ਦੀ ਜਿਹੜੀ ਸਜਾਵਟ ਆ ਉਹ ਕਰਦੇ ਹੈਗੇ ਨੇ, ਨਾਲ ਆਪਣੇ ਸੇਵਾਦਾਰਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਜਗ੍ਹਾ 'ਤੇ ਨਾਲ ਸਹਿਯੋਗ ਕਰਦੇ ਨੇ। ਜ਼ਰੂਰ ਆਪਾਂ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੇ ਤਰ੍ਹਾਂ ਦੇ ਜਿਹੜੇ ਫੁੱਲ ਨੇ ਉਹ ਇੱਥੇ ਲਗਾਏ ਜਾਂਦੇ ਆ। ਸੋ ਉਸ ਨੂੰ ਲੈ ਕੇ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ ਕਿ ਕੁਝ ਵਿਦੇਸ਼ੀ ਤਰ੍ਹਾਂ ਦੇ ਵੀ ਫੁੱਲ ਹੁੰਦੇ ਨੇ ਜੋ ਹਰ ਵਾਰ ਲਗਾਏ ਜਾਂਦੇ ਨੇ। ਸੋ ਤਸਵੀਰਾਂ ਜੇਕਰ ਦਿਖਾਈਏ ਤਾਂ ਹਰ ਇੱਕ ਫੁੱਲ ਦੀ ਸਜਾਵਟ ਹਰ ਇੱਕ ਤਰੀਕੇ ਨਾਲ ਕੀਤੀ ਜਾਂਦੀ ਹੈ। ਸੋ ਆਪਾਂ ਜ਼ਰੂਰ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਪਿਆਰੇ ਤੁਹਾਡਾ? ਨਵਜੀਤ ਸਿੰਘ। ਪਿਆਰੇ, ਖਾਸ ਕਰਕੇ ਜਦੋਂ ਵੀ ਪ੍ਰਕਾਸ਼ ਪੁਰਬ ਆਉਂਦਾ ਤਾਂ ਸੰਗਤਾਂ ਦੇ ਵਿੱਚ ਉਤਸ਼ਾਹ ਇੰਨਾ ਕੁ ਹੁੰਦਾ ਕਿ 3-4 ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦੇ ਦੀਆਂ। ਸੋ ਹੁਣ ਕਿੰਨੇ ਕੁ ਤਰ੍ਹਾਂ ਦੇ ਫੁੱਲ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ, ਸਜਾਵਟ ਕਿੰਨੀ ਕੁ ਰਹਿ ਗਈ ਹੈ? ਇੱਥੋਂ 30-40 ਤਰ੍ਹਾਂ ਦੇ ਫੁੱਲ ਆਏ ਨੇ, ਕੁਛ ਆਪਣੇ ਇੰਡੀਆ ਤੋਂ ਆਏ ਨੇ, ਕੁਛ ਜ਼ਿਆਦਾ ਫੁੱਲ ਬਾਹਰੋਂ ਆਏ ਨੇ, ਅਤੇ ਜਿਹੜੇ ਇੱਥੇ ਵਰਕਰ ਨੇ ਉਹ ਵੀ ਵੈਸਟ ਬੰਗਾਲ ਤੋਂ ਆਏ ਨੇ। 130 ਤੋਂ ਘੱਟ ਵੱਧ ਹੀ ਇੱਥੋਂ ਵਰਕਰ ਆਏ ਨੇ, ਜੋ ਕਿ ਸੇਵਾ ਇੱਥੋਂ ਮੇਨ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਆ ਜੀ। ਸੋ ਹੁਣ ਕਿੰਨੇ ਟਨ ਫੁੱਲ ਜਿਹੜੇ ਨੇ ਉਹ ਲਗਾਏ ਜਾਣਗੇ ਪੂਰੇ ਹਰਿਮੰਦਰ ਸਾਹਿਬ ਦੇ ਵਿੱਚ? ਮੇਰੇ ਖਿਆਲ ਨਾਲ 3-4 ਟਨ ਤੋਂ ਜ਼ਿਆਦਾ ਹੀ ਫੁੱਲ ਹੈਗੇ ਨੇ। 3-4 ਟਨ? ਹਾਂਜੀ, ਠੀਕ ਹੈ। ਸੋ ਕਿੰਨਾ ਕੁ ਹੁਣ ਤਿਆਰੀਆਂ ਜਿਹੜੀਆਂ ਨੇ, ਕਿਹੜੇ ਕਿਹੜੇ ਪ੍ਰਕਰਮਾਂ ਦੇ ਵਿੱਚ ਜਗ੍ਹਾ ਕਹਿ ਲਈਏ ਜਿਹੜੀ ਪੈਂਡਿੰਗ ਹੈ ਹਜੇ ਪੂਰੀ ਨਹੀਂ ਹੋਈ? ਦਰਸ਼ਨ ਪੌੜੀ ਤਾਂ ਸੇਵਾ ਲਾਸਟ ਓਪਸ਼ਨ ਚੱਲ ਰਹੀ ਹੈ, ਉਹ ਵੀ ਅੱਜ ਸ਼ਾਮਾਂ ਤੱਕ ਕੰਪਲੀਟ ਹੋ ਜਾਏਗੀ। ਕੱਲ੍ਹ ਤੋਂ ਸੰਗਤ ਆਪਣੇ ਦਰਸ਼ਨ ਕਰ ਸਕਦੀ ਹੈ, ਪੂਰੀ ਸਜਾਵਟ ਹੋ ਜਾਏਗੀ। ਰਾਤ ਨੂੰ ਹੀ ਸੰਗਤਾਂ ਦੀ ਭੀੜ ਲੱਗ ਜਾਂਦੀ ਹੈ ਲਾਈਨ ਦੇ ਵਿੱਚ ਹੀ, ਸੰਗਤਾਂ ਨੂੰ ਉਤਸ਼ਾਹ ਰਹਿੰਦਾ ਕਿ ਆਪਾਂ ਦਰਸ਼ਨ ਦੀਦਾਰੇ ਕਰਨ ਅੰਦਰ ਜ਼ਰੂਰ ਜਾਣਾ ਹੈ। ਹਾਂਜੀ ਹਾਂਜੀ, ਬਿਲਕੁਲ ਜਾਣਾ, ਸਾਰੀ ਸੰਗਤ ਨੂੰ ਬੇਨਤੀ ਹੈ ਜਾਓ, ਬਹੁਤ ਹੀ ਅਲੌਕਿਕ ਨਜ਼ਾਰਾ ਹੁੰਦਾ ਇਸ ਦਿਨ ਦਾ, ਪੂਰੇ ਸਾਲ ਲੋਕਾਂ ਨੂੰ ਇੰਤਜ਼ਾਰ ਹੁੰਦਾ ਹੈ, ਪਹਿਲਾ ਪ੍ਰਕਾਸ਼ ਪੁਰਬ ਗੁਰੂ ਦਾ ਹੈਗਾ ਜੀ। ਤਾਂ ਕਰਕੇ ਵਾਹਿਗੁਰੂ। ਸੋ ਬਿਲਕੁਲ ਜਿਵੇਂ ਵੀਰ ਹੋਣਾ ਨੇ ਦੱਸਿਆ ਕਿ ਖਾਸ ਕਰਕੇ ਹਰ ਇੱਕ ਸੰਗਤ ਨੂੰ ਉਤਸ਼ਾਹ ਰਹਿੰਦਾ ਆ ਕਿ ਜਦੋਂ ਵੀ ਪ੍ਰਕਾਸ਼ ਪੁਰਬ ਆਉਂਦਾ, ਅਤੇ ਸੰਗਤਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਆ ਕੇ ਦਰਸ਼ਨ ਦੀਦਾਰੇ ਜ਼ਰੂਰ ਕਰਿਓ, ਕਿਉਂਕਿ ਇਹ ਦਿਨ ਦੀ ਜੇਕਰ ਗੱਲ ਕਰ ਲਈਏ ਤਾਂ ਪਹਿਲਾ ਪ੍ਰਕਾਸ਼ ਪੁਰਬ ਹੋਇਆ ਸੀ ਆਦਿ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੈੱਡ ਗ੍ਰੰਥੀ ਸੌਂਪੇ ਗਏ ਸੀਗੇ, ਅਤੇ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ, ਇਹ ਹੁਕਮਨਾਮਾ ਸੀਗਾ। ਸੋ ਜ਼ਰੂਰ ਅੱਜ ਵੀ ਜੇਕਰ ਗੱਲ ਕਰ ਲਈਏ ਤਾਂ ਸਿੱਖ ਇਤਿਹਾਸ ਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਹੁੰਦਾ ਆ। 95 ਸਾਲਾਂ ਉਮਰ ਸੀਗੀ ਉਦੋਂ ਉਹਨਾਂ ਦੀ ਜਦੋਂ ਉਹਨਾਂ ਨੂੰ ਹੈੱਡ ਗ੍ਰੰਥੀ ਸੌਂਪਿਆ ਗਿਆ ਸੀਗਾ। ਸੋ ਇਹ ਤਸਵੀਰਾਂ ਤੁਹਾਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹੈਗੇ ਹਾਂ, ਜਿੱਥੇ ਖਾਸ ਕਰਕੇ ਦੂਰੋਂ ਦੂਰੋਂ ਸੰਗਤਾਂ ਉਤਸ਼ਾਹ ਭਰ ਕੇ ਆਪਣੇ ਪਿੰਡੋਂ ਜਾਂ ਅਲੱਗ ਅਲੱਗ ਸ਼ਹਿਰਾਂ ਤੋਂ ਜਾਂ ਵਿਦੇਸ਼ਾਂ ਤੋਂ ਕਹਿ ਲਈਏ ਇਸ ਜਗ੍ਹਾ 'ਤੇ ਨਤਮਸਤਕ ਹੋਣ ਲਈ ਆਉਂਦੀਆਂ ਨੇ।
ਸੋ ਉਸ ਨੂੰ ਲੈ ਕੇ ਜ਼ਰੂਰ ਇੱਕ ਵੱਡਾ ਚਾਅ ਜਿਹੜਾ ਉਹ ਵੀ ਰਹਿੰਦਾ। ਸੋ ਜਿੰਨੇ ਵੀ ਇਹ ਕਾਰੀਗਰ ਤੁਸੀਂ ਦੇਖ ਰਹੇ ਹੋ, ਇਹ ਸਾਰੇ ਕਾਰੀਗਰ ਵੈਸਟ ਬੰਗਾਲ ਤੋਂ ਆਏ ਨੇ, ਖਾਸ ਕਰਕੇ ਇਸ ਦੀ ਸਜਾਵਟ ਲਈ ਇਹ ਵੀਰ ਹੋਣਾ ਨੂੰ ਇਸ ਜਗ੍ਹਾ 'ਤੇ ਬੁਲਾਇਆ ਜਾਂਦਾ ਹੈ, ਕਿਉਂਕਿ ਜਿੰਨੇ ਵੀ ਸਮੁੱਚੀ ਤਿਆਰੀ ਰਹਿੰਦੀ ਹੈਗੀ ਹੈ, ਚਾਹੇ ਉਹ ਪਰਿਕਰਮਾ ਦੀ ਕਹਿ ਲਈਏ ਜਾਂ ਦਰਸ਼ਨ ਦਿਓੜੀ ਦੀ ਕਹਿ ਲਈਏ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਬਾਹਰ ਅਲੱਗ ਅਲੱਗ ਗੁਰਬਾਣੀ ਦੀਆਂ ਜੇਕਰ ਪੰਕਤੀਆਂ ਲਿਖਣੀਆਂ ਹੋਣ, ਉਸ ਨੂੰ ਫੁੱਲਾਂ ਦੇ ਨਾਲ ਖਾਸ ਕਰਕੇ ਵੀਰ ਵੱਲਾਂ ਉਹ ਸਜਾਇਆ ਜਾਂਦਾ। ਸੋ ਜ਼ਰੂਰ ਇਹਨਾਂ ਦਾ ਵੀ ਇੱਕ ਵੱਡਾ ਸਹਿਯੋਗ ਹੈਗਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸੰਗਤਾਂ ਦੇ ਨਾਲ ਰਲ ਕੇ ਇਹ ਵੱਡੇ ਉਪਰਾਲੇ ਜ਼ਰੂਰ ਰਹਿੰਦੇ ਹੈਗੇ ਨੇ। ਸੋ ਆਓ ਤੁਹਾਨੂੰ ਇੱਕ ਵਾਰ ਬਾਹਰ ਦੀਆਂ ਤਸਵੀਰਾਂ ਰੁੱਕ ਕਰਦੇ ਹਾਂ, ਮੈਨੂੰ ਦਿਓ ਇਜਾਜ਼ਤ। ਡੇਲੀ ਡੈਸਕ ਟੀਵੀ ਦੇ ਲਈ ਸਿਮਰਦੀਪ ਸਿੰਘ, ਅੰਮ੍ਰਿਤਸਰ।